ਤੁਰਕੀ ਨਸਲ ਦੇ ਜਿਹੜੇ ਘੋੜੇ ਨੇ ਨਾ ਉਹ ਸਭ ਤੋਂ ਤੇਜ਼ ਚੱਲਦੇ, ਰਫਤਾਰ ਤੁਰਕੀ ਘੋੜੇ ਦੀ ਤੇਜ਼ ਮੰਨੀ ਜਾਂਦੀ ਹੈ ਔਰ ਕੀਮਤ ਵੀ ਉਹਦੀ ਤੇਜ਼ ਵੱਡੀ ਮੰਨੀ ਜਾਂਦੀ, ਮਹਿੰਗੀ ਮੰਨੀ ਜਾਂਦੀ ਹੈ। ਮਹਾਰਾਜ ਇਹ ਤੁਰਕੀ ਘੋੜਿਆਂ ਦੇ ਉੱਪਰ ਚੜ੍ਹੀ ਹੋਈ ਫੌਜ ਖੜੀ ਹੁੰਦੀ ਹੈ ਤੇ ਬਾਦਸ਼ਾਹ ਨੇ ਜੇ ਕਹਿ ਕੇ ਭੇਜਿਆ ਕਿ ਰਸਤੇ ਵਿੱਚ ਦੇਰੀ ਕੋਈ ਨੀ ਲਾਉਣੀ, ਲਗਾਤਾਰ ਸਫ਼ਰ ਕਰੋ ਤੇ ਛੇਤੀ ਮਹਾਰਾਜ ਨੇ ਪਤਾ ਕਰਨਾ ਕਰ ਲਵਾਂਗਾ, ਹਿੰਮਤ ਨਹੀਂ ਹਾਰੇਗਾ, ਉਦੋਂ ਉਹ ਕਿਹੜਾ ਕਾਰਜ ਹੈ ਜਿਹੜਾ ਨਹੀਂ ਹੁੰਦਾ, ਹੋ ਜਾਂਦਾ ਹੈ।
ਪਰ ਅੰਦਰਲਾ ਹੌਸਲਾ ਚਾਹੀਦਾ। ਮਹਾਰਾਜ ਤੁਹਾਡੀ ਫੌਜ ਦੇ ਸਿਪਾਹੀਆਂ ਦੇ ਵਿੱਚ ਅੰਦਰ ਬਹੁਤ ਜ਼ਿਆਦਾ ਜੋਸ਼ ਹੈ, ਬਹੁਤ ਅਨੰਦਤਾ ਜਨ ਮੈਂ ਵਾਢੇ। ਸੋ ਇਹਨਾਂ ਦੇ ਵਿੱਚ ਬੜੀ ਜ਼ਿਆਦਾ ਅਨੰਦਤਾ ਜਿਹੜੀ ਹੈ ਉਹ ਵਧੀ ਹੋਈ ਹੈ, ਬਹੁਤ ਜ਼ਿਆਦਾ ਖੁਸ਼ ਨੇ ਅੰਦਰੋਂ ਵੀ ਚੰਗਾ ਹੋਇਆ ਜੰਗ ਬਣਿਆ ਹੈ, ਇਹ ਜੰਗ ਲੜਨਾ ਚਾਹੁੰਦੇ, ਉਹ ਜੰਗ ਤੋਂ ਭੱਜਣਾ ਚਾਹੁੰਦੇ, ਤੁਹਾਡੀ ਫੌਜ ਨੇ ਜਿੱਤ ਜਾਣਾ। ਇਸ ਤਰ੍ਹਾਂ ਇਹ ਜਿਹੜਾ ਹਸਨ ਖਾਂ ਦੂਤ ਹੈ ਇਹ ਮਹਾਰਾਜ ਨੂੰ ਕਹਿ ਰਹੇ। ਸਾਨੂੰ ਹੋਰ ਕਿਹੜੇ ਸਵਾਲ ਕਰਦੇ ਨੇ ਔਰ ਦੂਤ ਕਿਹੜੇ ਕਿਹੜੇ ਭੇਜ ਦਿੰਦਾ ਹੈ ਔਰ ਫੌਜ ਕਿਵੇਂ ਆ ਕੇ ਸਤਗੁਰਾਂ ਦੇ ਉੱਪਰ ਪੈਂਦੀ ਹੈ ਤੇ ਪਾਤਸ਼ਾਹ ਜੀ ਇਹ ਜਿਹੜਾ ਜੰਗ ਹੈ ਨਾ ਗੁਰੂ ਕੇ ਮਹਾਰਾਜ ਨਗਰ ਜਿਹੜਾ ਬਠਿੰਡੇ ਦੇ ਨੇੜੇ ਉੱਥੇ ਇਹ ਤੀਸਰਾ ਜੰਗ ਹੋਣ ਲੱਗਾ ਹੈ, ਇਹ ਉੱਥੋਂ ਦੀ ਕਥਾ ਆਪਾਂ ਜਿਹੜੀ ਹੈ ਸਰਵਣ ਕਰ ਰਹੇ ਹਾਂ। ਅੱਗੇ ਕੀ ਹੁੰਦਾ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਗੁਰਾਂ ਚੁਕਾਂ ਦੀ ਵਾਪੀ ਲਿਖੈ ਕਥੈ ਚੁਕੀਰ ਸਵਾਮੀ ਮੈਂ ਤੁਰਿਆ ਗਏ ਅਰਦਾਸ